ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇੱਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ। ਫਰਾਂਸ ਦੌਰੇ ਤੇ ਗਏ ਰੱਖਿਆ ਮੰਤਰੀ ਰਫੇਲ ਦੀ ਨਿੰਬੂ ਤੇ ਨਾਰੀਅਲਾਂ ਨਾਲ ਪੂਜਾ ਕਰਦੇ ਨਜ਼ਰ ਆ ਰਹੇ ਨੇ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਮਾਂ ਪਹਿਲਾਂ ਅੰਧ ਵਿਸ਼ਵਾਸਾਂ ਬਾਰੇ ਇੱਕ ਬਿਆਨ ਦਿੱਤਾ ਸੀ ਜੋ ਅੱਜ ਨਰਿੰਦਰ ਮੋਦੀ ਦੇ ਆਪਣੇ ਹੀ ਮੰਤਰੀ ਤੇ ਪੂਰਾ ਢੁਕਦਾ ਏ। ਨਰਿੰਦਰ ਮੋਦੀ ਨੇ ਬਿਆਨ ਵਿੱਚ ਕਿਹਾ ਸੀ ਕਿ ਜੋ ਲੋਕ ਕਾਰਾਂ ਤੇ ਨਿੰਬੂ ਮਿਰਚਾਂ ਬਣਦੇ ਨੇ ਅਜਿਹੇ ਅੰਧ ਵਿਸ਼ਵਾਸਾਂ 'ਚ ਰਹਿਣ ਵਾਲੇ ਲੋਕ ਦੇਸ਼ ਨੂੰ ਕੀ ਪ੍ਰੇਰਣਾ ਦੇਣਗੇ। ਇੱਕ ਮੁੱਖ ਮੰਤਰੀ ਨੇ ਕਾਰ ਖਰੀਦੀ, ਮੈਂ ਆਧੁਨਿਕ ਯੁੱਗ ਕੀ ਬਾਤ ਕਰ ਰਹਾ ਹੂੰ। और किसी ने बता दिया कार के कलर के संबंध में, तो उन्होंने कार के ऊपर पता नहीं नींबू और मिर्ची न जाने क्या क्या। ये लोग देश को क्या प्रेरणा देंगे। फ्रांस तो वापस आए रक्षा मंत्री राजनाथ सिंह ने रफेल पूजा की आलोचना करने वाले विरोधियों से तिखा वार करते हैं, कहा कि ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਦਾ ਏ ਅਤੇ ਮੈਂ ਭਵਿੱਖ ਵਿੱਚ ਵੀ ਅਜਿਹਾ ਕਰਾਂਗਾ ਕਿਉਂਕਿ ਇਹ ਇੱਕ ਸੁਪਰ ਪਾਵਰ ਹੈ ਤੇ ਮੈਂ ਇਸ ਨੂੰ ਬਚਪਨ ਤੋਂ ਮੰਨਦਾ। ਚਾਹੇ ਜਿਸ ਕੋ ਜੋ ਕਹਿਣਾ ਹੋ ਕਹੇ, ਜੋ ਮੁਝੇ ਉਚਿਤ ਲਗਾ ਵੋ ਮੈਨੇ ਕੀਆ, ਭਵਿਸ਼ਯ ਮੇਂ ਵੀ ਜੋ ਉਚਿਤ ਲਗੇਗਾ ਵੋ ਮੈਂ ਕਰੂੰਗਾ। ਤੋ ਰਫੇਲ ਕੀ ਹਿੰਦੁਸਤਾਨ ਨਾ ਔਰ ਹਾਂ ਹਾਂ ਨਹੀਂ ਨਹੀਂ ਮੈਂ ਮੈਂ ਹਮਾਰੀ ਆਸਥਾ ਹੈ ਜੀ, ਇੱਕ ਕੋਈ ਨਾ ਕੋਈ ਇੱਕ ਸੁਪਰ ਪਾਵਰ ਹੈ, ਮੈਂ ਛੋਟਾ ਬਚਪਨ ਸੇ ਹੀ ਉਸੇ ਮੈਂ ਮੰਨਦਾ ਆਇਆ ਹੂੰ ਔਰ ਮੁਝੇ ਲਗਾ ਭਾਰਤ ਰਾਸ਼ਟਰ ਜਿਸਕੇ ਲਈ ਹਮ ਲੋਕ ਕੰਮ ਕਰ ਰਹੇ ਹੈ, ਜਿਸੇ ਹਮ ਇੱਕ ਮਹਾਨ ਰਾਸ਼ਟਰ ਬਣਾਉਣਾ ਚਾਹਤੇ ਹੈ, ਜਿਸੇ ਹਮ ਸੁਪਰ ਪਾਵਰ ਬਣਾਉਣਾ ਚਾਹਤੇ ਹੈ, ਯਾਨੀ ਉਸਕੇ ਲਈ ਇੱਕ ਐਸੀ ਕੋਈ ਫਾਈਟਰ ਪਲੇਨ ਮਿਲ ਰਹੀ ਹੈ ਜਿਸਸੇ ਕਿ ਹਮਾਰੇ ਵਾਯੂ ਸੈਨਾ ਕੀ ਮਾਰਕ ਸ਼ਮਤਾ ਜੋ ਕੰਬੈਟ ਕੈਪੇਬਿਲਿਟੀ ਇਹਦੀ ਵੱਧ ਰਹੀ ਹੈ। ਭਾਵੇਂ ਭਾਰਤ ਵਿੱਚ ਅੰਧ ਵਿਸ਼ਵਾਸ ਪੁਰਾਤਨ ਸਮੇਂ ਤੋਂ ਚੱਲਦੇ ਆ ਰਹੇ ਨੇ, ਪਰ ਇਹਨਾਂ ਦਾ ਕਿਸੇ ਕੰਮ ਦੇ ਚੱਲਣ ਤੇ ਕੋਈ ਅਸਰ ਪੈਂਦਾ ਜਾਂ ਨਹੀਂ, ਇਸ ਦੀ ਪੁਸ਼ਟੀ ਦਾ ਖਾਲਸ ਟੀਵੀ ਨਹੀਂ ਕਰਦਾ। ਬਿਊਰੋ ਰਿਪੋਰਟ ਦਾ ਖਾਲਸ ਟੀਵੀ।